ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮਿਲ ਯੂਐਸਏ ਟੀਵੀ ਤੇ ਮੈਸੂਰ ਵੀ ਖਬਰਾਂ ਦੇ ਸਵਲਟਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ ਆਂ ਦੁਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਮੀਆਂ ਖਬਰਾਂ ਕਮਲਾ ਤੇ ਟਰੰਪ ਵਿਚਾਲੇ ਹੋਈ ਤਿੱਖੀ ਬਹਿਸ ਕਮਲਾ ਨੇ ਆਪਣੀਆਂ ਤੁਜਾਰੂ ਦਲੀਲਾਂ ਦੇ ਨਾਲ ਸਾਹ ਕੋ ਰਾਸ਼ਟਰਪਤੀ ਨੂੰ ਕਰ ਦਿੱਤਾ ਰੱਖਿਆਤਮਕ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੀ ਨਹੀਂ ਕਹਿ ਏਜੀਟੀਐਫ ਨੇ ਪੰਜ ਗੈਂਗਸਟਰਾਂ ਦੀ ਕਰਵਾਈ ਵਿਦੇਸ਼ਾਂ ਤੋਂ ਹਵਾਲੀ ਕੀ ਰਾਹੁਲ ਗਾਂਧੀ ਨੇ ਅਮਰੀਕਾ ਫੇਰੀ ਦੌਰਾਨ ਪਾਰਤ ਦੀ ਗਲੋਬਲ ਭੂਮਿਕਾ ਲੋਕਤੰਤਰ ਅਤੇ ਆਰਥਿਕ ਭਵਿੱਖ ਬਾਰੇ ਕੀਤੀ ਚਰਚਾ ਆਈਲੈਂਡਰਾਂ ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਵਿਕਰਮ ਵਜੀਠੀਆਂ ਦੀਆਂ ਵੱਡੀਆਂ ਮੁਸ਼ਕਲਾਂ ਡਰਗ ਤਸਕਰੀ ਕੇਸ 'ਚ ਈਡੀ ਕਰੇਗੀ ਜਾਂਚ ਰਾਜਾ ਬੜਿੰਗ ਦਾ ਦਾਵਾ ਅਕਾਲ ਤਖਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜ਼ਿਸ਼ ਹੁਣੇ ਨ ਖਬਰਾਂ ਦਾ ਵਿਸਾਰ ਇਸੇ ਨਾਲ ਹੀ ਦੇਸ਼ ਨਾਲ ਜੁੜਿਆ ਹੋਇਆ तमाम ਖਬਰਾਂ ਅਮਰੀਕੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਵਿਚਾਲੇ ਰੂਸ ਯੂਕਰੇਨ ਸੰਘਰਸ਼ ਇਜ਼ਰਾਈਲ ਹਮਾਸ ਯੁੱਧ ਗਰਪਾਤ ਅਰਥਵਿਵਸਥਾ ਇਮੀਗ੍ਰੇਸ਼ਨ ਸਮੇਤ ਕਈ ਮੁੱਦਿਆਂ ਤੇ ਤਿੱਖੀ ਬਹਿਸ ਹੋਈ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਟਰੰਪ ਪਹਿਲੀ ਵਾਰ ਬਹਿਸ ਵਿੱਚ ਆਹਮੋ ਸਾਹਮਣੇ ਸਨ ਹੱਥ ਮਿਲੋ ਨੂੰ ਲੈ ਕੇ ਦੋਵਾਂ ਵਿਚਾਰੇ ਟਕਰਾਅ ਸ਼ੁਰੂ ਹੋ ਗਈ ਜੋ ਬਾਅਦ ਚ ਕੋੜੀ ਹੋ ਗਈ ਅਮਰੀਕੀ ਮੀਡੀਆ ਨੇ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਆਪਣੇ ਰਿਪਬਲਿਕਨ ਵਿਰੋਧੀ ਡੋਨਲਡ 트ੰਪ ਦੇ ਨਾਲ ਤਿੱਖੀ ਬਹਿਸ ਵਿੱਚ ਲੀਡ ਦਿੱਤੀ ਹੈ ਹੈਰਿਸ ਪਛ ਤੌਰ ਤੇ ਆਸਵੰਦ ਤੇ ਬਹਿਸ ਵਿੱਚ ਕੇਂਦਰੀ ਸੀ ਇਸ ਦੇ ਨਾਲ ਹੀ ਬਹਿਸ ਤੋਂ ਬਾਅਦ ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਨੇ ਕਿਹਾ ਕਿ ਉਸਨੇ ਫੈਸਲਾ ਕੀਤਾ ਹੈ ਕਿ ਉਹ ਕਮਲਾ ਹੈਰਿਸ ਦੇ ਪੱਖ ਵਿੱਚ ਵੋਟ ਕਰੇਗੀ ਅਮਰੀਕੀ ਪ੍ਰਸਾਰਣ ਕੰਪਨੀ এবੀ ਸੀ ਨਿਊਜ਼ ਬੋਲੋ ਫਲਾਡੇਲਫੀਆ ਪੈਂਸਿਲਵੇਨੀਆ ਵਿੱਚ ਮੰਗਲਵਾਰ ਰਾਤ ਨੂੰ ਕਰਵਾਈ ਗਈ ਰਾਸ਼ਟਰਪਤੀ ਅਹੁਦੇ ਦੀ ਬਹਿਸ ਵਿੱਚ ਦੋਵਾਂ ਉਮੀਦਵਾਰਾਂ ਨੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਇਆ ਇਸ ਸਮੇਂ ਦੌਰਾਨ ਲੱਖਾਂ ਅਮਰੀਕੀਆਂ ਨੇ ਟੈਲੀਵਿਜ਼ਨ ਤੇ ਬਹਿਸ ਦੇਖੀ ਕਮਲਾ ਐਰਿਸ ਨੇ ਆਪਣੀਆਂ ਜੁਝਾਰੂ ਦਲੀਲਾਂ ਦੇ ਨਾਲ ਆਪਣੇ ਵਿਰੋਧੀ ਟਰੰਪ ਨੂੰ ਆਪਣੀ ਦਫ਼ਤਰੀ ਫਿਟਨੈਸ ਗਰਭਪਾਤ ਪਾਬੰਦੀ ਤੇ ਸਮਰਥਕ ਜ਼ਮੂਰੀਅਤ ਦੀ ਵਿਰੋਧੀ ਅਤੇ ਉਸ ਖਿਲਾਫ ਚੱਲ ਰਹੇ ਅਪਰਾਧਿਕ ਮਾਮਲਿਆਂ ਨੂੰ ਚੁੱਕ ਕੇ ਰੱਖਿਆਤਮਕ ਸਥਿਤੀ ਵਿੱਚ ਲਿਆ ਦਿੱਤਾ ਜਦੋਂ 트럼ਪ ਨੇ ਬਹਿਸ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਕਮਲਾ ਪੜ ਗਈ ਉਹਨਾਂ ਨੇ ਕਿਹਾ ਮੈਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਹਾਂ ਮੇਰੇ ਨਾਲ ਮੁਕਾਬਲਾ ਕਰੋ ਕਮਲਾ ਹੈਰਿਸ ਨੇ ਕਿਹਾ ਕਿ ਮੈਂ ਅਮਰੀਕਾ ਦੀਆਂ ਖਾਇਸ਼ਾਂ ਤੇ ਸੁਪਨਿਆਂ ਤੇ ਵਿਸ਼ਵਾਸ ਕਰਦੀ ਹਾਂ ਇਸ ਲਈ ਸਾਡੇ ਕੋਲ ਆਰਥਿਕਤਾ ਨੂੰ ਅੱਗੇ ਲੈ ਕੇ ਜਾਣ ਦੀ ਯੋਜਨਾ ਹੈ ਟਰੰਪ ਨੇ ਕਿਹਾ ਕਿ ਸਾਡੀ ਅਰਥ ਵਿਵਸਥਾ ਬਹੁਤ ਖਰਾਬ ਹੈ ਇਸ ਦਾ ਕਾਰਨ ਮਹਿੰਗਾਈ ਹੈ ਬਹਿਸ ਦੌਰਾਨ ਕਮਲਾ ਹੈਰਿਸ ਨੇ ਗਰਪਾਦ ਦੇ ਅਧਿਕਾਰਾਂ ਦਾ ਜ਼ੋਰਦਾਰ ਬਚਾ ਕੀਤਾ ਇਸ ਨਾਲ ਹੀ ਟਰੰਪ ਨੇ ਗਰਪਾਦ ਨੂੰ ਹੋਰ ਸੀਮਿਤ ਕਰਨ ਤੇ ਆਪਣੇ ਇਰਾਦਿਆਂ ਬਾਰੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ ਰਿਪਬਲਿਕਨ ਉਮੀਦਵਾਰ ਟਰੰਪ ਨੇ ਕਿਹਾ ਕਿ ਹੈਰਿਸ ਇਜ਼ਰਾਈਲ ਨੂੰ ਨਫ਼ਰਤ ਕਰਦੀ ਹੈ ਅਤੇ ਜੇਕਰ ਉਹ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਯਹੂਦੀ ਰਾਜ ਨੂੰ 2 ਸਾਲਾਂ ਦੇ ਅੰਦਰ ਤਬਾਹ ਕਰ ਦਿੱਤਾ ਜਾਵੇਗਾ ਇਨਾ ਹੀ ਨਹੀਂ ਉਹ ਅਰਬ ਲੋਕਾਂ ਨੂੰ ਵੀ ਨਫ਼ਰਤ ਕਰਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਜ਼ਰਾਈਲ ਅਤੇ ਹਮਾਸ ਵਿਚਾਲੇ جنگ ਸ਼ੁਰੂ ਨਾ ਹੁੰਦੀ ਇਸ ਦੇ ਪ੍ਰਤੀਕਿਰਿਆ ਦਿੰਦੇ ਹੋਏ ਹੈਰਿਸ ਨੇ ਕਿਹਾ ਕਿ 트럼ਪ ਦਾ ਇਹ ਦਾਵਾ ਕਿ ਮੈਂ ਇਜ਼ਰਾਈਲ ਨੂੰ ਨਫ਼ਰਤ ਕਰਦੀ ਹਾਂ ਬਿਲਕੁਲ ਝੂਠ ਹੈ ਗੈਂਗਸਟਰਾਂ ਤੇ ਸ਼ਿਕੰਜਾ ਕਸਣ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸੀ ਏਜੀਟੀਐਫ ਦਾ ਗਠਨ ਗੈਂਗਸਟਰਾਂ ਦੇ ਨਾਲ ਹੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਤਿੱਕੀ ਨਜ਼ਰ ਰੱਖ ਰਿਹਾ ਹੈ ਗੈਂਗਸਟਰਾਂ ਵੱਲੋਂ ਆਪਣਾ ਪ੍ਰਭਾਵ ਪਾਉਣ ਦੇ ਲਈ ਵਰਤੇ ਜਾਂਦੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਦੇ ਲਈ ਵਿਸ਼ੇਸ਼ ਮਹਿੰਮ ਤਹਿਤ AGTF ਨੇ 132 ਫੇਸਬੁੱਕ ਅਤੇ 71 ਇੰਸਟਾਗ੍ਰam ਅਕਾਊਂਟ ਵੀ ਬਲੌਕ ਕੀਤੇ ਹਨ AGTF ਨੇ 6 ਅਪ੍ਰੈਲ 2022 ਤੋਂ ਲੈ ਕੇ 9 ਸਤੰਬਰ 2024 ਤੱਕ ਦੇ ਸਮੇਂ ਦੌਰਾਨ ਵਿਦੇਸ਼ਾਂ ਤੋਂ 5 ਗੈਂਗਸਟਰਾਂ ਦੀ ਹਵਾਲਗੀ ਕਰਵਾ ਕੇ ਉਹਨਾਂ ਨੂੰ ਭਾਰਤ ਲਿਆਂਦਾ ਗਿਆ ਸ਼ੁਭਦੀਪ ਸਿੰਘ ਉਰਫ ਸਿੱਧੂ ਮੁਸੇਵਾਲੇ ਦੇ ਕਤਲ ਦੇ ਮਲਜ਼ਮ ਦੀ ਵੀ ਏਜੀਟੀਐਫ ਵੱਲੋਂ ਹੀ ਅਜ਼ਰਬਾਈਜਾਨ ਤੋਂ ਹਵਾਲੀ ਕਰਵਾਈ ਗਈ ਹੈ ਇਸ ਦੇ ਨਾਲ ਹੀ AGTF ਇੰਟਰਨੈਟ ਮੀਡੀਆ ਤੇ ਵੀ ਗੈਂਗਸਟਰਾਂ ਦੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖ ਰਿਹਾ ਹੈ AGTF ਗੈਂਗਸਟਰਾਂ ਦੀਆਂ ਇਤਰਾਜ਼ੀ ਪੋਸਟ ਅਪਲੋਡ ਕਰਨ ਵਾਲੇ 203 ਇੰਟਰਨੈਟ ਮੀਡੀਆ ਅਕਾਊਂਟਸ ਨੂੰ ਵੀ ਬਲੋ ਕਰ ਚੁੱਕੀ ਹੈ AGTF ਨੇ 2022 ਤੋਂ ਲੈ ਕੇ ਹੁਣ ਤੱਕ ਦੇਸ਼ ਤੋਂ 1408 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚ 12 ਗੈਂਗਸਟਰ ਤੇ 505 ਗੈਂਗਾ ਦੇ ਮੈਂਬਰ ਸ਼ਾਮਲ ਹਨ ਇਸ ਦੌਰਾਨ 100 ਤੀ ਹਥਿਆਰ ਅਤੇ 292 ਵਾਹਨ ਵੀ ਜ਼ਬਤ ਕੀਤੇ ਗਏ ਹਨ ਜਾਣਕਾਰੀ ਅਨੁਸਾਰ ਸਯੁਕਤ ਅਰਬ ਅਮੀਰਾਤ ਅਜ਼ਰਬਾਈਜਾਨ ਅਤੇ ਹਾਂਗਕਾਂਗ ਤੋਂ ਇੱਕ-ਇੱਕ ਤੇ ਫਿਲੀਪੀਨਸ ਤੋਂ ਦੋ-ਦੋ ਗੈਂਗਸਟਰਾਂ ਨੂੰ ਹਵਾਲਗੀ ਤਹਿਤ ਭਾਰਤ ਲਿਆਂਦਾ ਗਿਆ ਹੈ ਸਯੁਕਤ ਅਰਬ ਅਮੀਰਾਤ ਤੋਂ ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ ਵਾਸੀ Rajasthan ਸੁਖਦੀਪ ਸਿੰਘ ਉਰਫ ਸਿੱਧੂ ਮੁਸੇਵਾਲੇ ਦੇ ਕਤਲ ਦੇ ਮਲਜ਼ਮ ਅਜ਼ਰਬਾਈਜਾਨ ਤੋਂ ਗੈਂਗਸਟਰ ਸਚਿੰਤਾਪਨ ਵਾਸੀ ਪਿੰਡ ਦੁਦਰਾ ਵਲੀ ਜ਼ਿਲ੍ਹਾ ਫਾਜ਼ਿਲਕਾ ਜ਼ਦ ਕੀ ਵਿੱਕੀ ਗੋਂਡਰ ਗੈਂਗ ਦੇ ਰਮਨਜੀਤ ਸਿੰਘ ਉਰਫ ਰੋਮੀ ਵਾਸੀ ਬੰਗੀ ਕਲਾਂ ਜ਼ਿਲ੍ਹਾ ਬਠਿੰਡਾ ਦੀ ਹਾਂਗਕਾਂਗ ਤੋਂ ਹਵਾਲਗੀ ਕਰਵਾਈ ਗਈ ਹੈ। ਇਹਨਾਂ ਤੋਂ ਇਲਾਵਾ ਗੈਂਗਸਟਰ ਮਨਪ੍ਰੀਤ ਸਿੰਘ ਵਾਸੀ ਪਿੰਡ ਬੁਇਆ ਬੁਇਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਕੈਨੇਡਾ ਸਥਿਤ ਆਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਸਾਥੀ ਗੈਂਗਸਟਰ ਮਨਦੀਪ ਸਿੰਘ ਨੂੰ ਫਿਲੀਪਪਿਨਸ ਤੋਂ ਲਿਆਂਦਾ ਗਿਆ ਹੈ। ਭਾਰਤ ਦੀ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੇ 3 ਦਿਨਾ ਅਮਰੀਕੀ ਦੌਰੇ ਦੌਰਾਨ ਨੈਸ਼ਨਲ ਪ੍ਰੈਸ ਕਲੱਬ ਵਿੱਚ ਗੱਲਬਾਤ ਕੀਤੀ। ਉਹਨਾਂ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਭਾਰਤ ਅਤੇ ਅਮਰੀਕਾ ਇੱਕ ਜ਼ਮੂਰੀ ਉਤਪਾਦਨ ਦਾ ਤਰੀਕਾ ਬਣਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ ਜੋ ਚੀਨ ਦੀ ਗੈਰ ਜ਼ਮੂਰੀ ਪਹੁੰਚ ਤੋਂ ਬੱਖ ਹੈ। ਉਹਨਾਂ ਨੇ ਕਿਹਾ ਕਿ 21 ਸਦੀ ਲਈ ਵੱਡਾ ਸਵਾਲ ਇਹ ਹੈ ਕੀ ਅਮਰੀਕਾ ਅਤੇ ਭਾਰਤ ਦਿਖਾ ਸਕਦੇ ਹਨ ਕਿ ਕੀ ਇੱਕ ਆਜ਼ਾਦ ਅਤੇ ਲੋਕਤੰਤਰੀ ਸਮਾਜ ਵਿੱਚ ਉਤਪਾਦਨ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਕਿਹਾ ਮੇਰਾ ਮੰਨਣਾ ਹੈ ਕਿ ਇੱਥੇ ਇੱਕ ਵਧੀਆ ਮੌਕਾ ਹੈ ਨੈਸ਼ਨਲ ਪ੍ਰੈਸ ਕਲਬ ਦੀ ਸਕੱਤਰ ਪੂਨਮ ਸ਼ਰਮਾ ਦੇ ਨਾਲ ਇੱਕ ਸਵਾਲ ਜਵਾਬ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਸਿਆਸੀ ਯਾਤਰਾ ਭਾਰਤੀ ਲੋਕਤੰਤਰ ਦੀ ਸਥਿਤੀ ਬਾਰੇ ਵਿਚਾਰ ਸਾਂਝੇ ਕੀਤੇ ਇਹ ਪੁੱਛੇ ਜਾਣਤੇ ਕਿ ਕੀ ਉਸ ਬਾਰੇ ਲੋਕਾਂ ਦੇ ਵਿਚਾਰ ਕਿਵੇਂ ਬਦਲ ਗਏ ਹਨ ਉਸਨੇ ਇੱਕ ਚਿਜਕਤੇ ਰਾਜਨੀਤਾ ਤੋਂ ਲੋਕਾਂ ਦੀ ਉਸ ਨੂੰ ਲੈ ਕੇ ਸੋਚ ਇੱਕ ਪ੍ਰੋਸੇਮੰਦ ਨੇਤਾ ਦੇ ਰੂਪ ਵਿੱਚ ਕਿਵੇਂ ਬਣੀ ਇਸ ਦੇ ਉੱਤੇ ਰਾਹੁਲ ਗਾਂਧੀ ਨੇ ਕਿਹਾ ਇਹ ਕੋਈ ਵੱਡੀ ਤਬਦੀਲੀ ਨਹੀਂ ਹੈ ਪਰ ਇੱਕ ਯਾਤਰਾ ਹੈ ਉਹਨਾਂ ਨੇ ਦੱਸਿਆ ਕਿ 2014 ਵਿੱਚ ਭਾਰਤ ਵਿੱਚ ਰਾਜਨੀਤੀ ਬਹੁਤ ਜ਼ਿਆਦਾ ਹਮਲਾਵਰ ਹੋ ਗਈ ਅਧਿ ਲੋਕਤੰਤਰ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਕਿਹਾ ਇਹ ਇੱਕ ਸਖਤ ਪਰ ਚੰਗੀ ਲੜਾਈ ਹੈ ਰਾਹੁਲ ਗਾਂਧੀ ਨੇ ਆਪਣੇ 4000 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਬਾਰੇ ਵੀ ਗੱਲ ਕਰਦਿਆਂ ਕਿਹਾ 2014 कि 2014 ਤੋਂ ਪਹਿਲਾਂ ਜੇਕਰ ਕੋਈ ਮੈਨੂੰ ਕਹਿੰਦਾ ਕਿ ਮੈਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪੂਰੇ ਭਾਰਤ ਵਿੱਚ ਚੱਲਾਂਗਾ ਤਾਂ ਮੈਂ ਸਮਝਦਾ ਸੀ ਕਿ ਇਹ ਇੱਕ ਮਜ਼ਾਕ ਹੈ ਪਰ ਸਾਡੇ ਦੇਸ਼ ਵਿੱਚ ਵਿਰੋਧੀ ਧਿਰ ਲਈ ਇਹ ਇੱਕੋ ਇੱਕ ਰਸਤਾ ਬਚਿਆ ਸੀ ਗਾਂਧੀ ਨੇ ਕਿਹਾ ਕਿ ਲੋਕਾਂ ਨਾਲ ਸਿੱਧੇ ਤੌਰ ਤੇ ਜੁੜਨਾ ਮਹੱਤਵਪੂਰਨ ਹੈ ਖਾਸ ਜ਼ੋਰ ਦੇ ਜਦੋਂ ਮੀਡੀਆ ਅਤੇ ਸੰਸਥਾਵਾਂ ਸੱਤਾਧਾਰੀ ਪਾਰਟੀ ਦੁਆਰਾ ਨਿਯੰਤਰਿਤ ਹੁੰਦੀਆਂ ਹਨ ਜਿਸ ਨਾਲ ਵਿਰੋਧੀ ਧਿਰ ਨੂੰ ਸੁਣਨਾ ਮੁਸ਼ਕਿਲ ਹੋ ਜਾਂਦਾ ਹੈ ਰਾਹੁਲ ਗਾਂਧੀ ਨੇ ਆਪਣੀ ਕਾਂਗਰਸ ਪਾਰਟੀ ਅਤੇ ਭਾਜਪਾ ਆਰਐਸਐਸ ਗਠਜੋੜ ਦੇ ਵਿਚਾਰਾ ਵਿੱਚ ਵੱਡੇ ਅੰਤਰ ਬਾਰੇ ਗੱਲ ਕੀਤੀ ਉਸਨੇ ਕਿ ਆ ਭਾਰਤ ਵਿੱਚ ਵਿਚਾਰਾ ਦੀ ਲੜਾਈ ਹੈ ਦੇਸ਼ ਦੇ ਦੋ ਬਿਲਕੁਲ ਬੱਕੋ ਬਕਰੇ ਨਜ਼ਰੀਏ ਅਸੀਂ ਇੱਕ ਦ੍ਰਿਸ਼ਟੀਕੋਣ ਵਿੱਚ ਵਿਸ਼ਵਾਸ ਕਰਦੇ ਹਾਂ ਜਿੱਤੇ ਹਰ ਕੋਈ ਸਫਲ ਹੋ ਸਕਦਾ ਹੈ ਜਦ ਜਦੋਂ ਕਿ ਦੂਜੇ ਪਾਸੇ ਇੱਕ ਸਖਤ ਬਦੇਰੇ ਨਿਯੰਤਰਿਤ ਦ੍ਰਿਸ਼ਟੀਕੋਣ ਹੈ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਕਿੰਨਾ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਦਾ ਕੰਮ ਜ਼ਮੀਨੀ ਪੱਧਰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਜ਼ਿਆਦਾ ਤੋਂ ਵੱਧ ਲੋਕਾਂ ਲਈ ਬੋਲਣਾ ਹੈ ਰਾਹੁਲ ਗਾਂਧੀ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਕਿਵੇਂ ਭਾਰਤ ਦੀ ਸਰਕਾਰ ਮੀਡੀਆ ਅਤੇ ਕਾਰੋਬਾਰਾਂ ਵਿੱਚ ਨਵੀਆਂ ਜਾਤਾਂ ਦਲਿਤਾ ਅਤੇ ਆਦੀਵਾਸੀ ਪਾਈਚਾਰਿਆ ਦੇ ਲੋਕਾਂ ਦੀ ਚੰਗੀ ਤਰ੍ਹਾਂ ਪ੍ਰਤੀਨਿਧਤਾ ਨਹੀਂ ਕੀਤੀ ਜਾਂਦੀ ਉਹਨਾਂ ਨੇ ਕਿਹਾ ਭਾਰਤ ਦੀ 90% ਆਬਾਦੀ ਇਨ੍ਹਾਂ ਸਮੂਹਾਂ ਦਾ ਸਬੰਧਿਤ ਹੈ ਪਰ ਉਹਨਾਂ ਦੀ ਅਜੇ ਵੀ ਮਹੱਤਵਪੂਰਨ ਖੇਤਰਾ ਵਿੱਚ ਲੋੜੀਂਦੀ ਪਾਕੀਦਾਰੀ ਨਹੀਂ ਹੈ ਉਹਨਾਂ ਨੇ ਦੇਸ਼ ਵਿੱਚ ਸ਼ਕਤੀ ਦੀ ਵੰਡ ਬਾਰੇ ਅੰਕੜੇ ਇਕੱਠੇ ਕਰਨ ਲਈ ਜਾਤੀ ਜਨਗਣਨਾ ਕਰਨ ਦਾ ਸੁਝਾਅ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਦੇਖਣ ਲਈ ਜਾਣਕਾਰੀ ਦੀ ਲੋੜ ਹੈ ਕਿ ਕੀ ਚੀਜ਼ਾਂ ਨਿਰਪੱਖ ਹਨ ਇੱਕ ਵਾਰ ਸਾਡੇ ਕੋਲ ਇਹ ਹੋਣ ਤੋਂ ਬਾਅਦ ਅਸੀਂ ਸੰਤੁਲਨ ਨੂੰ ਠੀਕ ਕਰਨ ਲਈ ਨੀਤੀਆਂ ਬਣਾ ਸਕਦੇ ਹਾਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਹਰੇਕ ਲਈ ਬਰਾਬਰ ਪ੍ਰਤੀਨਿਧਤਾ ਪ੍ਰਤੀ ਸਮਰਪਣ ਦੱਸਉਂਦੇ ਹੋਏ ਕਿਹਾ ਰਾਹੁਲ ਗਾਂਧੀ ਨੇ ਭਾਰਤ ਦੇ ਆਰਥਿਕ ਭਵਿੱਖ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਨਿਰਮਾਣ ਖੇਤਰ ਨੂੰ ਵਾਪਸ ਲਿਆਉਣਾ ਅਤੇ ਮਜ਼ਬੂਤ ਕਰਨਾ ਮਹੱਤਵਪੂਰਨ ਹੈ ਇਹ ਨੌਕਰੀਆਂ ਪੈਦਾ ਕਰਨ ਅਤੇ ਆਰਥਿਕਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ ਉਸਨੇ ਚੇਤਾਵਨੀ ਦਿੱਤੀ ਕਿ ਜੇ ਅਸੀਂ ਸਿਰਫ ਸੇਵਾਵਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਅਤੇ ਨਿਰਮਾਣ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਅਸੀਂ ਲੋਕਾਂ ਲਈ ਲੁਰਿੰਦੀਆਂ ਨੌਕਰੀਆਂ ਪ੍ਰਦਾਨ ਕਰਨ ਦੇ ਯੋਗ ਨਹੀਂ ਹੋਵਾਂਗੇ ਰਾਹੁਲ ਗਾਂਧੀ ਨੇ ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਬਾਰੇ ਗੱਲ ਕੀਤੀ ਅਤੇ ਵੀ ਕਿਹਾ ਕਿ ਸਿਰਫ ਸਮੱਸਿਆਵਾਂ ਤੇ ਪ੍ਰਤੀਕਿਰਿਆ ਕਰਨ ਦੀ ਬਜਾਏ ਭਾਰਤ ਨੂੰ ਲੰਬੇ ਸਮੇਂ ਦੀ ਯੋਜਨਾ ਦੀ ਲੋੜ ਹੈ। ਉਹਨਾਂ ਨੇ ਵੀ ਕਿਹਾ ਦੁਨੀਆ ਬਦਲ ਰਹੀ ਹੈ, ਖਾਸ ਤੌਰ ਤੇ ਚੀਨ ਦੇ ਵਧੇਰੇ ਸ਼ਕਤੀਸ਼ਾਲੀ ਹੋਣ ਨਾਲ ਅਤੇ ਭਾਰਤ ਇਸ ਬਦਲਾਅ ਦੇ ਵਿਚਕਾਰ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਸ਼ਾਂਤੀ, ਅਹਿੰਸਾ ਅਤੇ ਸਹਿਯੋਗ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਹ ਕਦਰਾਂ ਕੀਮਤਾਂ ਜੋ ਦੇਸ਼ ਲਈ ਹਮੇਸ਼ਾ ਮਹੱਤਵਪੂਰਨ ਰਹੀਆਂ ਹਨ। ਰਾਹੁਲ ਗਾਂਧੀ ਨੇ ਭਰੋਸਾ ਹੈ ਕਿ ਭਾਰਤ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਅਤੇ ਇਨ੍ਹਾਂ ਵਿੱਚੋਂ ਆਪਣਾ ਰਸਤਾ ਲੱਭਣ ਦੇ ਲਈ ਚੁਸਤ ਅਤੇ ਮਜ਼ਬੂਤ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚੱਲ ਰਹੇ ਉਹਨਾਂ ਆਇਲ ਸੈਂਟਰਾਂ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜੇ ਸਰਕਾਰ ਦੇ ਮਾਪ ਦੰਡਾ ਤੇ ਖਰਾ ਨਹੀਂ ਉਤਰ ਰਹੇ ਇਸੇ ਦੇ ਚੱਲਦੇ ਡਿਪਟੀ ਕਮਿਸ਼ਨਰ ਜਸਪੀ ਸਿੰਘ ਨੇ ਨਿਰਦੇਸ਼ ਜਾਰੀ ਕਰਦੇ ਹੋਏ ਤਿੰਨ ਆਇਲ ਸੈਂਟਰਾਂ ਤੇ ਲਾਇਸੈਂਸ ਰੱਦ ਕਰ ਦਿੱਤੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਐਮਐਸ ਲਾਰੈਂਸ ਇੰਗਲਿਸ਼ ਅਕੈਡਮੀ ਨੇੜੇ ਡਾਕਟਰ ਮਹੇਸ਼ਵਰੀ ਐਂਡ ਸੋਫਟ ਰੋਡ ਜੋ ਕਿ ਰਜਨੀ ਲਾਰੈਂਸ ਪਤਨੀ ਅਨਲ ਲਾਰੈਂਸ ਵਾਸੀ ਹਾਊਸ ਸੋਫਟ ਰੋਡ ਬਠਿੰਡਾ ਦੇ ਨਾਂ ਤੇ ਰਜਿਸਟਰਡ ਹੈ ਉਕਤ ਫਾਰਮ ਦੇ ਲਾਇਸੈਂਸ ਦੀ ਮਿਆਦ ਖਤਮ ਹੋਣ ਉਪਰੰਤ ਲਾਇਸੈਂਸ ਨੂੰ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਫਾਰਮ ਨੰਬਰ 3 ਭਰ ਕੇ ਰੀਨਿਊ ਕਰਵਾਉਣਾ ਜ਼ਰੂਰੀ ਸੀ ਇਸ ਸਬੰਧੀ ਉਕਤ ਫਾਰਮ ਨੂੰ 25 ਅਗਸਤ 2023 ਅਤੇ 10 ਜੁਲਾਈ 2024 ਨੂੰ ਨੋਟਿਸ ਜਾਰੀ ਕਰਕੇ ਲਾਇਸੈਂਸ ਰੀਨਿਊ ਕਰਨ ਸੰਬੰਧੀ ਹਦਾਇਤ ਵੀ ਕੀਤੀ ਗਈ ਸੀ ਪਰ ਉਕਤ ਫਾਰਮ ਵੱਲੋਂ ਲਾਇਸੈਂਸ ਰੀਨਿਊ ਨਹੀਂ ਕਰਵਾਇਆ ਗਿਆ ਇਸ ਲਈ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸੈਕਸ਼ਨ ਤਹਿਤ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਜਾਂਦਾ ਹੈ ਇਸੀ ਤਰ੍ਹਾਂ ਐਮ ਐਸ ਹੋਲਜ਼ ਆਫ ਆਇਲਸ ਅਜੀਤ ਰੋਡ ਬਠਿੰਡਾ ਜੋ ਕਿ ਸੰਦੀਪ ਪੂਰੀ ਪੁੱਤਰ ਦਵਿੰਦਰ ਪੂਰੀ ਵਾਸੀ ਪਕਤਾ ਬਾਈਕਾ ਦੇ ਨਾਮ ਤੇ ਦਰਜ ਸੀ ਉਸ ਦਾ ਵੀ ਲਾਇਸੈਂਸ ਰੀਨਿਊ ਨਾ ਕਰਵੋਨ ਕਰਕੇ ਰੱਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਐਮ ਐਸ ਗਲੋਬ ਟ੍ਰੋਟਿੰਗ ਇਮੀਗ੍ਰੇਸ਼ਨ ਐਂਡ ਆਈ ਐਸ ਇੰਸਟੀਟਿਊਟ ਸੋ ਫੁੱਟ ਰੋਡ ਬਠਿੰਡਾ ਜੋ ਕਿ ਹਰਜਿੰਦਰ ਸਿੰਘ ਸਿੱਧੂ ਪੁੱਤਰ ਲਾਲ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 42 ਬਾਬਾ ਫਰੀਦ ਨਗਰ ਨੂੰ ਲਾਇਸੈਂਸ ਰੀਨਿਊ ਨਾ ਕਰਵੋਨ ਕਰਕੇ ਰੱਦ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਉਕਤ ਫਰਮਾ ਖਿਲਾਫ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਫਰਮਾ ਖੁਦ ਇਸਿਆ ਜ਼ਿੰਮੇਵਾਰ ਹੋਣਗੇ ਸੁਬੇ ਦੇ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ 'ਚ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਜੀਠੀਆ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਪਤਾ ਲੱਗਿਆ ਹੈ ਕਿ ਈਡੀ ਨੇ ਮਾਮਲੇ 'ਚ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਰਿਪੋਰਟ ਤੇ ਨੋਟਿਸ ਲੈਂਦੇ ਹੋਏ ਕੇਸ ਨਾਲ ਸੰਬੰਧਿਤ ਵੇਰਵਾ ਮੰਗਿਆ ਹੈ ਈਡੀ ਨੇ ਡੀਆਈਜੀ ਪਟਿਆਲਾ ਰੇਂਜ ਨੂੰ ਪੱਤਰ ਲਿਖ ਕੇ ਐਫਆਈਆਰ ਦਾ ਵੇਰਵਾ ਜਾਂਚ ਦੀ ਸਥਿਤੀ ਗਵਾਹ ਪਿਆਨ ਬਜੀਠੀਆ ਤੇ ਉਹਨਾਂ ਦੇ ਪਰਿਵਾਰ ਦੇ 284 ਬੈਂਕ ਖਾਤਿਆਂ ਦਾ ਵੇਰਵਾ ਫਰਮਾ ਦੇ ਮੈਂਬਰਾਂ ਤੇ ਰਜਿਸਟਰ ਆਫ ਕੰਪਨੀਆਂ ਯਾਨੀ ਆਰਓਸੀ ਰਿਕਾਰਡ ਤੇ ਆਈਟੀਆਰ ਦੀ ਕਾਪੀ ਮੰਗੀ ਹੈ एसआईटी यानी सिट ने अपनी जांच दौरान 13 अगस्त ਨੂੰ ईडी ਨੂੰ ਪੱਤਰ ਲਿਖ ਕੇ ਖਦਸ਼ਾ ਪ੍ਰਗਟਾਇਆ ਸੀ ਕਿ ਇਸ ਮਾਮਲੇ ਚ ਮਨੀ ਲੌਂਡਰਿੰਗ ਦਾ ਸ਼ੱਕ ਹੈ ਇਸ ਕਾਰਨ ਇਸ ਮਾਮਲੇ ਦੀ ईडी ਜਾਂਚ ਹੋਣੀ ਜ਼ਰੂਰੀ ਹੈ ਇਸ ਤੋਂ ਬਾਅਦ ईडी ਦੇ ਸਹਾਇਕ ਡਾਇਰੈਕਟਰ ਜਲੰਧਰ ਜ਼ੋਨ ਦੇ ਡੀਆਈਜੀ ਪਟਿਆਲਾ ਰੇਂਜ ਨੂੰ ਮਾਮਲੇ ਨਾਲ ਸੰਬੰਧਿਤ ਰਿਕਾਰਡ ਜੇਤੀਤੋ ਜੇਤੀ ਦੇਣ ਨੂੰ ਕਿਹਾ ਹੈ ਸੁਪਰ ਸਰਕਾਰ ਨੇ ਜਨਵਰੀ ਮਹੀਨੇ ਵਿੱਚ ਮਜੀਠੀਆ ਖਿਲਾਫ ਦੋਸ਼ਾਂ ਦੀ ਜਾਂਚ ਲਈ ਸਿਟ ਦਾ ਗਠਨ ਕੀਤਾ ਸੀ ਸਿਟ ਨੇ ਆਪਣੀ ਜਾਂਚ ਵਿੱਚ ਦੇਖਿਆ ਕਿ ਵਿਦੇਸ਼ੀ ਕੰਪਨੀ ਸਿਆਤ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਹੋਈ ਹੈ ਇੱਕ ਹੀ ਦਿਨ ਤੇ ਇਹ ਵੀ ਪਤੇ ਤੇ ਵੱਡੀ ਮਾਤਰਾ ਚ ਨਗਦੀ ਜਮ੍ਹਾਂ ਕਰਵਾਈ ਗਈ ਵਿੱਤੀ ਦਸਤਾਵੇਜ਼ੀ ਜਾਂਚ ਸਰਾਇਆ ਇੰਡਸਟਰੀਜ਼ ਦੇ ਸਬੰਧਿਤ ਫਰਮਾਂ 'ਚ ਸ਼ੱਕੀ ਲੈਣ ਦੇ ਦਾ ਪਤਾ ਲੱਗਿਆ ਸਿਟ ਨੇ ਜ਼ਮੀਨਾਂ ਦੇ ਸੌਦੇ ਤੇ ਵੀ ਸਵਾਲ ਉਠਾਏ ਕਿਉਂਕਿ ਜਿੰਨਾ ਜ਼ਮੀਨਾਂ ਦੇ ਸੌਦੇ ਹੋਏ ਉਹਨਾਂ ਦੀ ਕੀਮਤਾਂ 'ਚ ਅਚਾਨਕ ਵਾਧਾ ਹੋਇਆ ਜਾਂਚ ਤੋਂ ਪਤਾ ਲੱਗਾ ਕਿ ਮਜੀਠੀਆ ਦੀ ਆਮਦਨ ਉਹਨਾਂ ਦੀਆਂ ਬਣਾਈਆਂ ਗਈਆਂ ਜਾਇਦਾਦਾਂ ਤੇ ਖਰਚਿਆਂ ਤੋਂ ਘੱਟ

ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦੀ ਪਾਰਟੀ ਵਿਚਾਲੇ ਗੱਠਜੋੜ ਸਿਰੇ ਨਹੀਂ ਚੜ੍ਹ ਸਕਿਆ। ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਅਜਹੀਆਂ ਖਿੱਚੋਤਾਣ ਸੀ ਕਿ ਦੋਵਾਂ ਨੇ ਆਪੋ ਆਪਣੇ ਉਮੀਦਵਾਰ ਵੱਖਰੇ ਤੌਰ 'ਤੇ ਚੋਣ ਲੜਨ ਲਈ ਉਤਾਰ ਦਿੱਤੇ ਹਨ। ਆਮ ਆਦੀ ਪਾਰਟੀ ਨੇ 41 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੇ ਪ੍ਰਤੀਕਿਰਿਆ ਦਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਇਸ ਨੂੰ ਕਾਂਗਰਸ ਦਾ ਚੰਗਾ ਫੈਸਲਾ ਦੱਸਿਆ ਹੈ। ਵਿੜਿੰਗ ਕਹਿਣਾ ਹੈ ਕਿ ਹਰਿਆਣਾ ਵਿੱਚ ਕਾਂਗਰਸ ਹਾਈ ਕਮਾਂਡ ਦਾ ਆਮ ਆਦੀ ਪਾਰਟੀ ਨਾਲ ਸਮਝੌਤਾ ਨਾ ਕਰਨਾ ਕਾਂਗਰਸ ਲਈ ਸ਼ੁਭ ਸੰਕੇਤ ਹੈ ਵਿਰਿੰਗ ਨੇ ਕਿਹਾ ਕਿ ਆਪ ਹਰਿਆਣਾ ਚ ਕਾਂਗਰਸੀ ਮਦਦ ਨਾਲ 1-2 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਆਪ ਨੂੰ ਹਰਿਆਣਾ ਦੀ ਕਿਸੇ ਵੀ ਸੀਟ ਤੇ 2000 ਤੋਂ ਵੱਧ ਵੋਟਾਂ ਨਹੀਂ ਮਿਲਣਗੀਆਂ ਇਸਰਾਨ ਵਿਰਿੰਗ ਨੇ ਅਕਾਲੀ ਆਗੂ ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਚਰਚਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਬਾਦਲ ਨੂੰ ਅਗਲੇ 2 ਸਾਲ ਚੋਣਾਂ ਨਾ ਲੜਨ ਦੀ ਸਜ਼ਾ ਹੋ ਸਕਦੀ ਹੈ ਵੜਿੰਗ ਨੇ ਕਿਹਾ ਕਿ ਜੇਕਰ ਸਜ਼ਾ ਦੇਣੀ ਹੀ ਹੈ ਤਾਂ ਅਗਲੇ 4 ਸਾਲਾਂ ਲਈ ਚੋਣ ਲੜਨ ਤੇ ਪਾਬੰਦੀ ਲਗਾਈ ਜਾਵੇ ਗਲਤੀਆਂ ਮaaf ਕੀਤੀਆਂ ਜਾਂਦੀਆਂ ਹਨ ਪਰ ਅਪਰਾਧ ਨਹੀਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਇਦ ਹੀ ਅਜਿਹਾ ਸਮਾਂ ਕਦੇ ਪਹਿਲਾ ਆਇਆ ਹੋਵੇ ਕਿ ਗੋਂਡੀ ਜ਼ੁਬੇ ਹਰਿਆਣਾ ਜਿੱਥੇ ਪੰਜਾਬੀ ਸਿੱਖਾ ਦੀ ਲੱਖਾਂ ਦੀ ਗਿਣਤੀ ਹੈ ਉਸ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੈਦਾਨ 'ਚੋਂ ਅਕਾਲੀ ਦਲ ਸਿੱਧੇ ਜਾਲ ਸਿੱਧੇ ਤੌਰ ਤੇ ਬਾਹਰ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗੀ ਪੁਰਾਣੇ ਸਿਆਸੀ ਮਿੱਤਰ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ لال ਤੇ ਉਹਨਾਂ ਦੇ ਸੁਪੁੱਤਰ ਓਮ ਪ੍ਰਗਾਸ਼ ਟਾਲਾ ਨਾਲ ਗੂੜੀ ਸਾਂਝ ਹੋਣ ਕਾਰਨ ਚੋਨਾ ਲੜਦੇ ਰਹੇ ਤੇ ਇਹਨਾਂ ਦੋਵੇਂ ਨੇਤਾਵਾਂ ਦੀ ਭਰਾਮਾ ਵਰਗੀ ਸਾਂਝ ਕਿਸੇ ਤੋਂ ਲੁਕੀ ਨਹੀਂ ਸੀ ਪਰ ਕਈ ਵਾਰ ਮੌਕੇ ਆਏ ਕਿ ਅਗਲੀ ਦਲ ਆਪਣੇ ਉਮੀਦਵਾਰ ਖੜੇ ਕਰਦਾ ਰਿਹਾ ਪਰ ਤਾਜ਼ੇ ਹਾਲਾਤ ਕਾਰਨ ਸ਼੍ਰੋਮਣੀ ਅਕਾਲੀ ਦਲ ਗੰਭੀਰ ਸੰਕਰਜਕ ਗੁਜ਼ਰ ਰਿਹਾ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਤਨਖਾਹਿਆ ਕਰਾਰ ਦਿੱਤਾ ਹੈ ਜਿਸ ਕਾਰਨ ਅਕਾਲੀ ਦਲ ਹੁਣ ਪਹਿਲਾ ਵਾਲੀ ਸਥਿਤੀ ਚ ਦਿਖਾਈ ਨਹੀਂ ਦੇ ਰਿਹਾ ਜਦ ਕਿ ਹਰਿਆਣਾ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਹੈ ਤੇ ਅਜੇ ਤੱਕ ਅਕਾਲੀ ਦਲ ਆਪਣੀ ਕਿਸੇ ਵੇਲੇ ਸੱਜੀ ਬਾਤ ਸਮਝਣ ਵਾਲੀ ਪਾਰਟੀ ਇਨੇਲੋ ਦੇ ਮੁਖੀ ਚੌਧਰੀ ਓ ਪ੍ਰਕਾਸ਼ ਚਟਾਲਾ ਨੇ ਅਜੇ ਤੱਕ ਅਕਾਲੀ ਦਲ ਬਾਰੇ ਕੋਈ ਸ਼ਬਦ ਤੱਕ ਨਹੀਂ ਬੋਲਿਆ ਜਦ ਕਿ ਹਰਿਆਣਾ ਚ ਸਿੱਖ ਵੋਟਰਾਂ ਲੱਖਾਂ ਦੀ ਤਦਾਦ ਵਿੱਚ ਬੈਠੇ ਹੋਏ ਹਨ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨਾਲ ਹਰਿਆਣਾ ਚੌਂ ਮੈਦਾਨ 'ਚ ਬਾਹਰ ਆਉਣ ਵਾਲੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਇਸ ਵਾਰ ਅਕਾਲੀ ਦਲ ਕੋਈ ਉਮੀਦਵਾਰ ਖੜਾ ਨਹੀਂ ਕਰ ਰਿਹਾ ਅਤੇ ਅਜੇ ਹਮਾਇਤ ਬਾਰੇ ਵੀ ਕੋਈ ਗੱਲਬਾਤ ਸ਼ੁਰੂ ਨਹੀਂ ਹੋਈ ਪਰ ਸਾਡੀ ਸਾਥ ਚਟਾਲਾ ਪਰਿਵਾਰ ਨਾਲ ਜਲਦੀ ਆ ਰਹੀ ਹੈ ਗੈਂਗਸਟਰ ਲੋਰੇਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਦੇ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ ਇਸ ਦੌਰਾਨ ਜੇਲਾ ਦੀ ਸੁਰੱਖਿਆ ਲਈ ਲਗਾਏ ਗਏ ਜੈਮਰਾ ਸੰਬੰਧੀ ਪੁਲਿਸ ਨੂੰ ਰਿਪੋਰਟ ਦਿੱਤੀ ਜਾਵੇਗੀ ਹਾਲਾਂਕਿ ਪਿਛਲੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਰਕਾਰੀ ਵਕੀਲ ਨੇ ਜੈਮਰ ਲਗਾਉਣ ਦੇ ਪ੍ਰੋਜੈਕਟ ਵਿੱਚ ਦੇਰੀ ਦਾ ਕਾਰਨ ਫੰਡਾ ਧਿਕਾਰ ਦੱਸਿਆ ਸੀ ਸੁਣਵਾਈ ਦੌਰਾਨ ਸਰਕਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਜੇਲਾ ਵਿੱਚ ਜੈਮਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਤੇ 600 ਕਰੋੜ ਰੁਪਏ ਖਰਚ ਕੀਤੇ ਜਾਣਗੇ ਫੰਡਾ ਦਾ ਪ੍ਰਬੰਧ ਕਰਨ ਵਿੱਚ ਸਮਾਂ ਲੱਗ ਰਿਹਾ ਹੈ ਅਜਿਹੇ 'ਚ ਸਰਕਾਰ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਇਸ ਸਮੇਂ 15 ਜੇਲਾ ਵਿੱਚ ਕਟ ਪਾਵਰ ਵਾਲੇ ਜੈਮਰ ਲਗਾਏ ਗਏ ਹਨ ਬਟਿੰਡਾ ਜੇਲ੍ਹ ਵਿੱਚ ਕਵਾਜ ਜੈਮਰ ਲਗਾਇਆ ਗਿਆ ਹੈ ਇੰਟਰਵਿਊ ਵਿੱਚ ਸ਼ਾਮਲ ਅਬਸਰਾ ਪਾਰੇ ਜਦੋਂ ਜਵਾਬ ਦਿੱਤਾ ਗਿਆ ਤਾਂ ਸਰਕਾਰ ਦਾ ਜਵਾਬ ਸੀ ਕਿ ਇੰਟਰਵਿਊ ਲੈਣ ਵਾਲਾ ਰਿਪੋਰਟਰ ਸੁਪਰੀਮ ਕੋਰਟ ਗਿਆ ਹੈ ਹਾਈ ਕੋਰਟ ਦੇ ਹੁਕਮਾਤੇ ਬਣਾਈ ਗਈ ਸਿਟ ਅਤੇ ਹੁਣ ਤੱਕ ਜੋ ਸਟੇਟਸ ਰਿਪੋਰਟ ਧਾਇਰ ਕੀਤੀ ਹੈ ਉਹ ਪੰਜਾਬ ਸਰਕਾਰ ਕੋਲ ਨਹੀਂ ਹੈ ਉਹ ਸੀਲਬੰਦ ਹਾਈ ਕੋਰਟ ਦੇ ਕੋਲ ਮੌਜੂਦ ਹੈ ਰਿਪੋਰਟ ਉਹ ਤੋਂ ਬਾਅਦ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਿਟ ਯਾਨੀ ਐਸਆਈਟੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਲੋਰੈਂਸ ਦੇ ਦੋ ਇੰਟਰਵਿਊ ਹੋਏ ਸਨ ਪਹਿਲੇ ਇੰਟਰਵਿਊ ਮਾਮਲੇ ਦੀ ਜਾਂਚ ਪੂਰੀ ਹੋਣ ਦੇ ਨੇੜੇ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਪੂਰੀ ਹੋ ਜਾਵੇਗੀ ਇਹ ਇੰਟਰਵਿਊ ਸੀਆਈਏ ਖਰੜ ਵਿੱਚ ਹੋਈ ਜਦ ਕਿ ਦੂਜੀ ਇੰਟਰਵਿਊ ਸੰਬੰਧੀ ਜੋ ਐਫਆਈਆਰ ਦਰਜ ਕੀਤੀ ਗਈ ਉਸ ਨੂੰ ਰਾਜਸਥਾਨ ਟਰਾਂਸਫਰ ਕੀਤਾ ਜਾ ਸਕਦਾ ਹੈ ਦੂਜੀ ਇੰਟਰਵਿਊ ਜੈਪੁਰ ਸੈਂਟਰਲ ਜੇਲ ਰਾਜਸਥਾਨ ਵਿੱਚ ਹੋਈ ਅਜਿਹੇ ਵਿੱਚ ਇਹ ਰਾਜਸਥਾਨ ਨੂੰ ਦਿੱਤਾ ਜਾ ਸਕਦਾ ਹੈ ਹਾਲਾਂਕਿ ਇਸ ਮਾਮਲੇ 'ਚ ਰਾਜਸਥਾਨ ਨੂੰ ਧਿਰ ਬਣਾਇਆ ਗਿਆ ਹੈ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਆਂਡੀਆਂ ਗੁਆਂਡੀਆਂ ਦੀ ਰਿਸੇ ਜ਼ਮੀਨਾਂ ਵੇਚ ਕੇ ਤੇ ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਲਈ ਬਾਹਰਲੇ ਦੇਸ਼ਾਂ ਵਿੱਚ ਤੜਾ-ਤੜ ਪੇਜ ਰਹੇ ਹਨ ਇੱਕ ਸਮਾਂ ਸੀ ਜਦੋਂ ਪੰਜਾਬ ਦਾ ਜ਼ਮੀਦਾਰ ਜ਼ਮੀਨ ਨੂੰ ਮਾਂ ਦਾ ਖਿਤਾਬ ਦਿੰਦਾ ਸੀ ਜ਼ਮੀਨ ਨੂੰ ਵੇਚਣਾ ਬਹੁਤ ਵੱਡਾ ਮਹਿਣਾ ਸਮਝਿਆ ਜਾਂਦਾ ਸੀ ਜੋ ਕਿ ਪੀੜ੍ਹੀ ਆਪਣੀ ਧਰਤੀ ਮਾਂ ਹੀ ਨਹੀਂ ਸਗੋਂ ਆਪਣੀ ਮਾਂ ਬੋਲੀ ਨੂੰ ਵੀ ਤਿਲਾਂਜਲੀ ਦੇ ਕੇ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਦੇਸ਼ ਦੀ ਵੰਡ ਤੋਂ ਪਹਿਲਾਂ ਪੰਜ ਦਰਿਆਵਾਂ ਦੀ ਤਰਤੀ ਪੰਜਾਬ ਨੂੰ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ 47 ਤਾਕਸੀਮ ਨਾਲ ਟਾਇਆ ਟਾਈ ਦਰਿਆ ਲੈਂਦੇ ਪੰਜਾਬ ਦੇ ਹਿੱਸੇ ਆ ਗਿਆ ਇਸ ਦੇ ਬਾਵਜੂਦ ਚੜ੍ਹਦੇ ਪੰਜਾਬ ਦੀ ਤਰਤੀ ਨੂੰ ਸਭ ਤੋਂ ਵੱਧ ਜਰਖੇਜ਼ ਮੰਨਿਆ ਗਿਆ ਜਿੱਥੇ 6 ਰੁੱਤਾਂ ਦਾ ਵਰਦਾਨ ਹੈ ਸਮਝ ਨਹੀਂ ਆਉਂਦੀ ਕਿ ਅਜਿਹੀ ਭਾਗਾ ਵਾਲੀ ਤਰਤੀ ਨੂੰ ਅਲਵਿਦਾ ਕਹਿ ਕੇ ਨੌਜਵਾਨ ਵਿਦੇਸ਼ਾਂ ਵਿੱਚ ਕਿਉਂ ਰੁੱਲ ਰਹੇ ਹਨ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ ਹਰ ਤੀਜੇ ਚੌਥੇ ਕਿਸੇ ਨਾ ਕਿਸੇ ਪੰਜਾਬੀ ਦੀ ਵਿਦੇਸ਼ਾਂ ਵਿੱਚ ਹੋਈ ਮੌਤ ਬਾਰੇ ਖਬਰਾਂ ਅਖਬਾਰਾਂ ਵਿੱਚ ਛਪਦੀਆਂ ਹੀ ਰਹਿੰਦੀਆਂ ਹਨ ਜੋ ਕਿ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉਨੇ ਦੇ ਆંકੜੇ ਵੀ ਲਗਾਤਾਰ ਵਧ ਰਹੇ ਨੇ ਜਿਸ ਕਰਕੇ ਇਹ ਮਾਮਲਾ ਜਿਹੜਾ ਹੈ ਹੁਣ ਬਹੁਤ ਜ਼ਿਆਦਾ ਸੂਚਿਤ ਵਿਚਾਰਨ ਵਾਲਾ ਹੋ ਚੁੱਕਿਆ ਹੈ ਕਿ ਵਿਦੇਸ਼ਾਂ ਵਿੱਚ ਜੋ ਨੌਜਵਾਨ ਜਾ ਰਹੇ ਨੇ ਉਹਨਾਂ ਦੀ ਆਖਰ ਮੌਤ ਦਾ ਕਾਰਨ ਕੀ ਹੈ ਤੇ ਲਗਾਤਾਰ ਅਜਿਹੀਆਂ ਮੌਤਾਂ ਦੀ ਖਬਰਾਂ ਕਿਉਂ ਆ ਰਹੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਬੁੱਧਵਾਰ ਨੂੰ ਕਿਹਾ ਕਿ ਉਸਨੇ ਪਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 29.75 ਕਰੋੜ ਰੁਪਏ ਦੀ ਨਵੀਂ ਜਾਇਦਾਦ ਮਨੀ ਲੌਂਡਰਿੰਗ ਰੋਕੂ ਕਾਨੂੰਨ ਤਹਿਤ ਜ਼ਬਤ ਕੀਤੀ ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲੌਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਸਬੰਧੀ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਇਹ ਜਾਇਦਾਦ ਬੈਂਕ ਜਮਾ ਜ਼ਮੀਨ ਅਤੇ ਇਮਾਰਤਾਂ ਦੇ ਰੂਪ ਵਿੱਚ ਹੈ ਪੰਜਾਬ ਨੈਸ਼ਨਲ ਬੈਂਕ ਨਾਲ ਕਥਿਤ 2 ارب ਡਾਲਰ ਦੇ ਤੋਕਾ ਡੜੀ ਮਾਮਲੇਚ 5 ਸਾਲ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੀ ਏਜੰਸੀ ਨੇ ਇਸ ਤੋਂ ਪਹਿਲਾਂ ਨਿਰਮੋਦੀ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ 2596 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ ਨਿਰਮੋਦੀ ਇਸ ਸਮੇਂ ਬਰਤਾਨੀਆਂ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਕਥਿਤ ਬੈਂਕ ਕਰਜ਼ਾ ਧੋਖਾਧੜੀ ਮਾਮਲੇ 'ਚ ਭਾਰਤ ਦੀ ਹਵਾਲਗੀ ਵਿਰੁੱਧ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਵੀ ਕਰ ਰਹੀ ਹੈ ਇਸ ਮਾਮਲੇ ਦੇ ਮੁੱਖ ਦੋਸ਼ੀ ਨਿਰਵ ਉਸ ਦੇ ਮਾਮਾ ਮਹਿੂਲ ਚੌਕਸੀ ਅਤੇ ਹੋਰਾ ਦੇ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸਥਿਤ ਬ੍ਰੈਂਡੀ ਹਾਊਸ ਸ਼ਾਕਾਚ ਦੇ ਅਧਿਕਾਰੀਆਂ ਨਾਲ ਧੋਖਾਧੜੀ ਕਰਨ ਅਤੇ ਬੈਂਕ ਨੂੰ ਜਾਲੀ ਲੈਟਰ ਲੈਟਰ ਆਫ ਅੰਡਰਟੇਕਿੰਗ ਜਾਰੀ ਕਰਨ ਦੇ ਦੋਸ਼ਾਂ ED ਇਸ ਮਾਮਲੇ ਦੀ ਮਨੀ ਲਾਰਨਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਨਿਰਵ ਨੂੰ ਦਸੰਬਰ 2019 ਵਿੱਚ ਮੁੰਬਈ ਦੀ ਪੀਐਮਐਲਏ ਅਦਾਲਤ ਨੇ ਪਗੋੜਾ ਆਰਥਿਕ ਅਪਰਾਧੀ ਐਲਾਨ ਕੀਤਾ ਸੀ ਉਸੇ ਸਾਲ ਉਸ ਨੂੰ ਲੰਡਨ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ ED ਨੇ ਕਿਹਾ ਕਿ ਪਗੋੜੇ ਆਰਥਿਕ ਅਪਰਾਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਨਿਰਵ ਅਤੇ ਉਸ ਦੇ ਸਹਿਯੋਗੀਆਂ ਦੀ 692 ਕਰੋੜ ਰੁਪਏ ਦੀ ਚਲ ਅਤੇ ਅਚਲ ਜਾਇਦਾਦ ਜ਼ਬਤ ਕੀਤੀ ਗਈ ਇਸ ਇਲਾਵਾ ਇੱਕ ਕਰੋੜ ਰੁਪਏ ਤੋਂ ਵੀ ਵੱਧ ਯਾਨੀ 1000 ਕਰੋੜ ਰੁਪਏ ਤੋਂ ਵੀ ਵੱਧ ਦੀ ਜਾਇਦਾਦ ਪੀੜੇ ਤਾਂ ਬੈਂਕ ਪੀਐਨਬੀ ਅਤੇ ਸੰਬੰਧਿਤ ਸਮੂਹ ਦੇ ਬੈਂਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿੱਤੀ ਗਈ। ਚੰਡੀਗੜ੍ਹ ਪੁਲਿਸ ਨੇ ਬੰਬ ਧਮਾਕੇ ਦੇ ਮਾਮਲੇ ਵਿੱਚ ਸ਼ਾਮਲ ਹੋਰ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਲਈ ਸੂchna ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 10 ਖੇਤਰ ਦੇ ਇੱਕ ਘਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਧਮਾਕਾ ਹੋਇਆ ਜਿਸ ਨਾਲ ਰਿਹਾਇਸ਼ੀ ਖੇਤਰ ਦੀਆਂ ਖਿੜਕੀਆਂ ਅਤੇ ਫੁੱਲਾਂ ਦੇ ਗਮਲਿਆਂ ਨੂੰ ਨੁਕਸਾਨ ਪਹੁੰਚਿਆ ਇਸ ਧਮਾਕੇ ਵਿੱਚ ਸ਼ਾਮਲ ਦੋ ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਕੋਈ ਵੀ ਸੂchnਾ ਦੇਣ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ ਜਿਸ ਜੀ ਸੂਚਨਾ ਦੇਣ ਲਈ ਕੰਟਰੋਲ ਰੂਮ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸਬ ਇਨਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਅੱਜ ਵੀ ਕਰਨਾ ਵਾਲੀ ਥਾਂ ਤੇ ਜਾਂਚ ਕਰੇਗੀ। ਉਹਨਾਂ ਨੇ ਕਿਹਾ ਸਬੂਤਾਂ ਦੀ ਸੁਰੱਖਿਆ ਲਈ ਫੋਰਸ ਸਨਾਨਤ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਹਨੇਰਾ ਹੋਣ ਕਾਰਨ ਜਾਂਚ ਪੂਰੀ ਨਾ ਹੋ ਸਕੇ। ਇੱਕ ਥ੍ਰੀ ਵਿਲ ਬਰਾਮਦ ਕੀਤਾ ਗਿਆ ਪਰ ਮੁਲਜ਼ਮ ਅਜੇ ਤੱਕ ਫੜੇ ਨਹੀਂ ਗਏ ਹਨ ਅਤੇ ਜਾਂਚ ਜਾਰੀ ਹੈ। ਜਾਣਕਾਰੀ ਅਨੁਸਾਰ ਉੱਥੇ ਰਹਿ ਰਹੇ ਪਰਿਵਾਰ ਦਾ ਕਿਸੇ ਨਾਲ ਕੋਈ ਮਸਲਾ ਨਹੀਂ ਹੈ। ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਏ ਸ਼ਕੀਤ ਮਾਕਾ ਸਬੰਧਿਤ ਘਰਚ ਪਹਿਲਾ ਰਹਿ ਰਹੇ ਅਧਿਕਾਰੀ ਦੇ ਪਰਿਵਾਰ ਨਾਲ ਜੁੜੇ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਇਸ ਦੀ ਜਾਂਚ ਕੀਤੀ ਜਾਵੇਗੀ। ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਚ ਕੰਟਰੋਲ ਰੇਖਾ ਨੇੜੇ ਕੁਪਵਾੜਾ ਦੇ ਕੈਰਨ ਸੈਕਟਰ ਚ ਇੱਕ ਜੰਗਲ ਚੋਂ ਹਥਿਆਰਾਂ ਦਾ ਵੱਡਾ ਪੰਡਾਲ ਜ਼ਬਤ ਕੀਤਾ। ਸੁਰੱਖਿਆ ਬਲਾਂ ਨੇ ਆਤਵਾਦੀਆਂ ਦੇ ਟਿਕਾਣੇ ਦਾ ਵਿਪਰਦਾ ਫਾਸ਼ ਕੀਤਾ ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ ਸੂਤਰਾਂ ਮੁਤਾਬਕ ਇਨਾ ਅਸਲੇ ਦੀ ਵਰਤੋਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਰ ਅਤੇ ਦਹਿਸ਼ਤ ਪੈਦਾ ਕਰਨ ਲਈ ਕੀਤੀ ਗਈ ਸੀ ਇਸੋ ਪਹਿਲਾਂ ਖਾਸ ਕੁਫੀਆ ਸੂਚਨਾਵਾਂ ਦੇ ਆਧਾਰ ਤੇ ਕਿਰਨ ਸੈਕਟਰ ਚ ਪਾਰਟੀ ਫੋਰ ਅਤੇ ਜੰਮੂ ਕਸ਼ਮੀਰ ਪੁਲਿਸ ਵੱਲੋਂ ਸਯੁਕਤ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਇੱਕ ਖੂਫੀਆ ਜਾਣਕਾਰੀ ਸ਼੍ਰੀਨਗਰ ਵਿਜੇਨਾਥ ਵਿਸ਼ੇਸ਼ ਚੋਣ ਅਬਜ਼ਰਵਰਾ ਅਤੇ ਖੂਫੀਆ ਟੀਮਾਂ ਨੇ ਦਿੱਤੀ ਜਿਸ ਤੋਂ ਬਾਅਦ ਤਲਾਸ਼ੀ ਮੀਮ ਚਲਾਏ ਗਏ। ਸਰਚ ਟੀਮ ਨੂੰ ਇੱਕ ਦਰਖਤ ਦੇ ਕੋਲ ਇੱਕ ਵੱਡੀ 10 ਫੁੱਟ ਗੁਫਾ ਮਿਲੀ ਜਿੱਥੇ ਅੱਤਵਾਦੀਆਂ ਨੇ ਹਥਿਆਰ ਗੋਲਾ ਬਾਰੂਦ ਅਤੇ ਹਥਿਆਰ ਰੱਖੇ ਹੋਏ ਸਨ ਇਸ ਦਾ ਉਦੇਸ਼ ਜੰਮੂ ਕਸ਼ਮੀਰ ਵਿੱਚ ਛੋਣਾ ਵਿੱਚ ਵਿਗਨ ਪਾਉਣਾ ਅਤੇ دہشت ਫੈਲਾਉਣਾ ਸੀ ਓਕਤੇ ਇਲਾਕੇ ਵਿੱਚ ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਗੋਲਾ ਬਾਰੂਦ ਅਤੇ ਵਿਸਫੋਟਕ ਦਾ ਵੱਡਾ ਪੰਡਾਰ ਬਰਾਮਦ ਕੀਤਾ ਇਸ ਵਿੱਚ AK-47 ਰਾਉਂਡ ਹੈਂਡ ਗ੍ਰਨੇਡ RPG ਰਾਉਂਡ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਲਈ ਸਮਗਰੀ ਅਤੇ ਹੋਰ ਅਜਿਹੀਆਂ ਚੀਜ਼ਾਂ ਸ਼ਾਮਲ ਹਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਰਾਜ ਦੇ ਅਸਲਾ ਖਾਨੇ ਵਿੱਚੋਂ ਗਾਇਬ ਹੋਏ 10 ਵਿੱਚੋਂ 9 ਹਥਿਆਰਾਂ ਨੂੰ ਬਰਾਮਦ ਕਰਨ ਵਿੱਚ ਨਕਾਮ ਰਹਿਣ ਦੇ ਲਈ ਪੰਜਾਬ ਪੁਲਿਸ ਪ੍ਰਤੀ ਅਸੰਤੁਸ਼ਟੀ ਜ਼ਾਹਰ ਕੀਤੀ। ਜਸਟਿਸ ਵਿਨੋਦ ਐਸ ਬਰਦਵਾਜ ਨੇ ਨੋਟ ਕੀਤਾ ਕਿ 4 ਮਹੀਨੇ ਬੀਤ ਚੁੱਕੇ ਹਨ ਜਦੋਂ ਰਾਜ ਅਤੇ ਹੋਰ ਉੱਤਰਦਾਤਾਵਾਂ ਨੇ ਵਸੂਲੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਸਿਰਫ ਇੱਕ ਹਥਿਆਰ ਹੀ ਬਰਾਮਦ ਹੋਇਆ। ਅਦਾਲਤ ਨੂੰ ਸ਼ੁਰੂ ਵਿੱਚ 14 ਹਥਿਆਰਾਂ ਦੇ ਗੁੰਮ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਬਾਅਦ ਵਿੱਚ ਕੁਝ ਵੀ ਰਿਕਵਰੀ ਤੋਂ ਬਾਅਦ ਇਹ ਗਿਣਤੀ ਘਟਾ ਕੇ 10 ਕਰ ਦਿੱਤੀ ਗਈ ਸੀ ਹਾਲਾਂਕਿ ਰਾਜ ਦੇ ਵਕੀਲ ਦੁਆਰਾ ਬਾਕੀ ਗੁੰਮ ਹੋਏ ਹੱਤਿਆਨਾ ਬਾਰੇ ਇੱਕ ਵਿਆਪਕ ਰਿਪੋਰਟ ਪੇਸ਼ ਕਰਨ ਲਈ ਆਖਰੀ ਮੌਕਾ ਦੀ ਬੇਨਤੀ ਕਰਨ ਤੋਂ ਬਾਅਦ ਅਦਾਲਤ ਨੇ ਵਾਧੂ ਸਮਾਂ ਦਿੱਤਾ ਨਿਆਂ ਦੇ ਹਿੱਤ ਵਿੱਚ ਸੁਣਵਾਈ 12 ਨਵੰਬਰ ਤੱਕ ਮੁਲਤਵੀ ਕਰਦੇ ਹਾਂ ਜੱਸੀ ਭਾਰਦवाज ਨੇ ਉਦੋਂ ਤੱਕ ਮਾਮਲੇ ਦੀ ਤਾਜ਼ਾ ਸਥਿਤੀ ਰਿਪੋਰਟ ਮੰਗੀ ਹੈ ਬੈਂਚ ਨੇ ਦਸੰਬਰ 2022 ਵਿੱਚ ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਤੋਂ ਹਲਫਨਾਮਾ ਮੰਗਨ ਤੋਂ ਪਹਿਲਾਂ ਰਾਜ ਦੇ ਅਸਲਾਖਾਨੇ ਵਿੱਚੋਂ ਇੱਕ ਕਾਰਬਾਈਨ ਗਾਇਬ ਹੋਣ ਦੇ ਨੋਟਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਅਫਸੋਸਨਾਕ ਸਥਿਤੀ ਲਈ ਤਾੜਨਾ ਕੀਤੀ ਸੀ ਉਹਨਾਂ ਨੂੰ ਵੱਖ-ਵੱਖ ਥਾਣਿਆਂ 'ਚ ਜਮ੍ਹਾ ਹਥਿਆਰਿਆਂ ਦੇ ਵੇਰਵੇ ਅਤੇ ਗੁੰਮ ਹੋਏ ਹਥਿਆਰਿਆਂ ਦੀ ਜਾਣਕਾਰੀ ਦੇ ਲਈ ਕਿਹਾ ਗਿਆ ਲੁਧਿਆਣਾ ਦੇ ਤਾਂਦਰਾ ਰੋਡ ਮਹਿਮੂਦਪura ਵਿਖੇ ਸਵੇਰੇ ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ CIA ਇੱਕ ਦੀ ਟੀਮ ਤੇ ਹਮਲਾ ਕਰ ਦਿੱਤਾ ਇਸ ਮੌਕੇ ਚਲੀਆਂ ਗੋਲੀਆਂ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ ਜ਼ਖਮੀ ਪੁਲਿਸ ਮਲਾਜ਼ਮ ਦਾ ਨਾਮ ਸੰਦੀਪ ਹੈ ਜ਼ਖਮੀ ਨਸ਼ਾ ਤਸਕਰ ਦਾ ਨਾਮ ਰੋਹਿਤ ਹੈ ਸੀਆਈਏ ਇੱਕ ਦੀ ਟੀਮ ਰੋਹਿਤ ਨੂੰ ਨਸ਼ਾ ਤਸਕਰੀ ਦੇ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਗਈ ਸੀ ਜਿਵੇਂ ਹੀ ਪੁਲਿਸ ਮਲਾਜ਼ਮਾ ਨੇ ਉਸ ਦੇ ਘਰ ਨੂੰ ਘੇਰ ਲਿਆ ਤਾਂ ਰੋਹਿਤ ਤੇ ਉਸ ਦੇ ਪਰਿਵਾਰ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਸੀਆਈਏ ਇੱਕ ਇੰਚਾਰਜ ਰਾਜੇਸ਼ ਵੀ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਪੁਲਿਸ ਦੀ ਮਦਦ ਨਾਲ ਜ਼ਖਮੀ ਅਪਰਾਧੀ ਨਸ਼ਾ ਤਸਕਰ ਤੇ ਜ਼ਖਮੀ ਪੁਲਿਸ ਮਲਾਜ਼ਮਾ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਹਨਾਂ ਨੂੰ ਨਿੱਜੀ ਹਸਪਤਾਲ ਲੈ ਜਾਣ ਦੀ ਸਲਾਹ ਦਿੱਤੀ ਫਿਰ ਹਾਲ ਪੁਲਿਸ ਮੁਲਾਜ਼ਮ ਸੰਦੀਪ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਹਨ ਰੋਹਿਤ ਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਰੋਹਿਤ ਖਿਲਾਫ ਪਹਿਲਾ ਹੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਐਸਾਂ ਜੀ ਦੇਸ਼ ਵਿਦੇਸ਼ ਨਾਲ ਜੁੜਿਆ ਹੋਇਆ ਕੁਝ ਖਾਸ ਤੇ ਚੌਂਵੀਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇਰੋ ਪੰਜਾਬ ਮਿਲ ਯੂ ਐਸ ਟੀ ਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ